कैनेडियन गवर्नामा ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਦੀ ਨਿਕਲ ਕੇ ਆ ਰਹੀ ਹੈ। 48 ਸਿਟੀ ਕਰਮਚਾਰੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਵੱਲੋਂ ਬੱਸਾਂ ਨੂੰ ਪਾਕਟ ਲਾਈਨ ਨੂੰ ਪਾਰ ਕਰਨ ਦੀ ਇਜਾਜ਼ਤ ਦੇਣ ਤੋਂ ਬਾਅਦ ਸ਼ਨੀਵਾਰ ਨੂੰ ਬੱਸ ਸੇਵਾ ਅੰਸ਼ਿਕ ਤੌਰ ਤੇ ਬ੍ਰੈਂਪਟਨ ਦੇ ਵਿੱਚ ਵਾਪਸ ਆ ਗਈ ਹੈ। ਪਰ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਦਾ ਕਹਿਣਾ ਹੈ ਕਿ ਸ਼ਨੀਵਾਰ ਸਵੇਰ ਤੱਕ ਸਿਰਫ 147 ਬੱਸਾਂ ਤੇ ਵਾਪਸ ਆਉਣ ਨਾਲ ਹੁਕਮ ਮੰਨਣ ਵਾਲਿਆਂ ਦੀ ਪਿਛਲੀ ਧਮਕੀ ਅਜੇ ਉਸੇ ਤਰ੍ਹਾਂ ਕਾਇਮ ਹੈ। CUPE ਨੂੰ ਮੇਰਾ ਸੁਨੇਹਾ, ਸਾਡੇ ਟ੍ਰਾਂਜ਼ਿਟ ਓਪਰੇਟਰਾਂ ਨੂੰ ਕੰਮ 'ਤੇ ਜਾਣ ਤੋਂ ਰੋਕਣਾ, ਨਹੀਂ ਤਾਂ ਅਸੀਂ ਅਗਲੇ ਹਫ਼ਤੇ ਅਦਾਲਤ ਵਿੱਚ ਦੇਖਣ ਜਾ ਰਹੇ ਹਾਂ, ਉਸ ਨੇ CBC ਟੋਰਾਂਟੋ ਨੂੰ ਦੱਸਿਆ। ਅਤੇ ਉੱਥੇ ਦੱਸ ਦੇ ਕਿ ਵੀਰਵਾਰ ਤੋਂ ਬੱਸ ਸੇਵਾ ਵਿੱਚ ਵਿਘਨ ਪਿਆ ਜਦੋਂ CUPE ਲੋਕਲ 831 ਦੇ 1200 ਸ਼ਹਿਰ ਦੇ ਕਰਮਚਾਰੀਆਂ ਨੇ ਇੱਕ ਨਵਾਂ ਸੌਦਾ ਤਿਆਰ ਕਰਨ ਵਿੱਚ ਸ਼ਹਿਰ ਦੇ ਨਾਲ ਇਕਰਾਰਨਾਮੇ ਦੀ ਗੱਲ ਬਾਤ ਅਸਫਲ ਹੋਣ ਤੋਂ ਬਾਅਦ ਨੌਕਰੀਆਂ ਨੂੰ ਛੱਡ ਦਿੱਤਾ। ਬ੍ਰੈਂਪਟਨ ਟ੍ਰਾਂਜ਼ਿਟ ਸਹੂਲਤ ਦੇ ਬਾਹਰ ਪਿਕਟ ਲਾਈਨ ਸਥਾਪਿਤ ਕੀਤੀਆਂ ਗਈਆਂ ਸਨ। ਹੜਤਾਲ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਜਨਤਕ ਆਵਾਜਾਈ ਪਾਰਕ, ਮਨੋਰੰਜਨ ਪਾਰਕਾਂ ਦੇ ਰੱਖ ਰਖਾਅ ਅਤੇ ਹੋਰ ਸੇਵਾਵਾਂ ਲਈ ਜ਼ਿੰਮੇਵਾਰ ਕਰਮਚਾਰੀ ਸ਼ਾਮਲ ਹੜਤਾਲੀ ਕਰਮਚਾਰੀਆਂ ਨੇ, ਜਿੱਥੇ ਬੱਸ ਆਪਰੇਟਰ ਇਸ ਹੜਤਾਲ ਦੇ ਵਿੱਚ ਸ਼ਾਮਲ ਨਹੀਂ ਸਨ। CUPE ਲੋਕਲ 831 ਦੇ ਪ੍ਰਧਾਨ ਫੈਬੀਓ ਗਾਜ਼ੋਲਾ ਨੇ ਕਿਹਾ ਹੈ ਕਿ ਬੱਸਾਂ ਨੂੰ ਸੜਕ 'ਤੇ ਵਾਪਸ ਜਾਣ ਦੀ ਆਗਿਆ ਦੇਣ ਦਾ ਫੈਸਲਾ ਬ੍ਰਾਊਨ ਦੁਆਰਾ ਹੁਕਮ ਦੀ ਧਮਕੀ ਦੇ ਕਾਰਨ ਨਹੀਂ ਸੀ, ਸਗੋਂ ਇਹ ਨੇਕ ਵਿਸ਼ਵਾਸ ਦੀ ਨਿਸ਼ਾਨੀ ਹੈ। ਉਹ ਸੌਦੇਬਾਜ਼ੀ 'ਤੇ ਮੇਜ਼ 'ਤੇ ਵਾਪਸ ਆਉਣਾ ਚਾਹੁੰਦੇ ਨੇ। ਅਸੀਂ ਇੱਥੇ ਜਨਤਾ ਨੂੰ ਵਿਘਨ ਪਾਉਣ ਲਈ ਨਹੀਂ ਹਾਂ, ਪਰ ਅਸੀਂ ਇੱਥੇ ਸੌਦੇਬਾਜ਼ੀ ਕਰਨ ਅਤੇ ਰੁਜ਼ਗਾਰਦਾਤਾਵਾਂ ਦੇ ਇੱਕ ਨਿਰਪੱਖ ਸੌਦੇ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਨਾਂ ਨੇ ਦੱਸਿਆ। ਇੱਕ ਔਨਲਾਈਨ ਅਪਡੇਟ ਦੇ ਵਿੱਚ ਬ੍ਰੈਂਪਟਨ ਟ੍ਰਾਂਜ਼ਿਟ ਨੇ ਦੱਸਿਆ ਕਿ ਅਜੇ ਵੀ ਮਹੱਤਵਪੂਰਨ ਰੁਕਾਵਟਾਂ ਹੋਣਗੀਆਂ, ਇਹ ਜੋੜਦੇ ਹੋਏ ਕਿ ਸੇਵਾ ਰੂਟ 1A 4, 7, 1, 11A, 15A, 18A ਦੇ ਨਾਲ ਸੰਬੰਧਿਤ ਨੇ। ਇਸ ਦੌਰਾਨ ਮਨਪ੍ਰੀਤ ਕੌਰ ਵਰਗੇ ਟ੍ਰਾਂਜ਼ਿਟ ਉਪਭੋਗਤਾ ਨੇ ਦੱਸਿਆ ਕਿ ਉਹ ਬੜੇ ਬੇਚੈਨ ਹੋ ਰਹੇ ਨੇ, ਮੈਨੂੰ ਬੜੇ ਕੰਮ 'ਤੇ ਜਾਣ ਲਈ ਦੇਰ ਹੋ ਜਾਂਦੀ ਹੈ। ਉਸ ਨੇ ਆਪਣੀ ਬੱਸ ਦੀ ਉਡੀਕ ਕਰਦੇ ਹੋਏ CBC ਨੂੰ ਦੱਸਿਆ ਕਿ ਕੱਲ੍ਹ ਮੈਂ ਇਸ ਕਰਕੇ ਆਪਣੇ ਕਾਲਜ ਦੀਆਂ ਕਲਾਸਾਂ ਆਨਲਾਈਨ ਕੀਤੀਆਂ ਸਨ। 48 ਕਰਮਚਾਰੀਆਂ ਨੇ ਸ਼ਹਿਰ ਦੇ ਵਿੱਚ ਪ੍ਰਬੰਧਨ ਦੇ ਖਿਲਾਫ਼ ਦਿੱਤੇ ਬਰਾਬਰ ਦੀ ਤਨਖਾਹ ਵਧਾਉਣ ਦੇ ਅਤੇ ਸਿਹਤ ਸੰਭਾਲ ਦੇ ਪੈਕੇਜ ਦੀ ਜਿੱਥੇ ਮੰਗ ਕੀਤੀ ਹੈ। ਯੂਨੀਅਨ ਦੇ ਪ੍ਰਧਾਨ ਐਂਡਰਿਊ ਸਲਾਬੀ ਨੇ ਦੱਸਿਆ ਕਿ ਬੱਸ ਆਪਰੇਟਰ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਸ਼ਹਿਰ ਦੇ ਕਰਮਚਾਰੀਆਂ ਨਾਲ ਏਕਤਾ ਦੇ ਵਿੱਚ ਹੈ, ਪਰ ਉਹਨਾਂ ਦਾ ਕੰਮ ਆਮ ਮੰਗ ਦੇਖਣਾ ਚਾਹੁੰਦੀ ਹੈ। ਸਾਡੇ ਕੋਲ ਇਹ ਕੰਮ ਹੈ ਕਿ ਅਸੀਂ ਬ੍ਰੈਂਪਟਨ ਦੇ ਨਾਗਰਿਕਾਂ ਦੀ ਸੇਵਾ ਕਰਨੀ ਹੈ ਅਤੇ ਉਹਨਾਂ ਨੂੰ ਉਹ ਜਿੱਥੇ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਪਹੁੰਚਾਉਣਾ ਸਾਡਾ ਕੰਮ ਹੈ। ਸੈਲਬੀ ਨੇ ਦੱਸਿਆ ਹੈ ਕਿ ਟ੍ਰਾਂਜ਼ਿਟ ਯੂਨੀਅਨ 1573 ਦੇ ਜੋ ਪ੍ਰਧਾਨ, ਉਹਨਾਂ ਨੇ ਇਹ ਗੱਲ ਦੱਸੀ। ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਸਾਈਟ 'ਤੇ ਲੋਕ ਜੋ ਹੜਤਾਲ ਕਰਨ ਵਾਲੇ ਕਪਤਾਨਾਂ ਨਾਲ ਗੱਲਬਾਤ ਕਰ ਰਹੇ ਨੇ ਅਤੇ ਬੱਸਾਂ ਦੇ ਅੰਦਰ ਬਾਹਰ ਜਾਣ ਦੇ 5 ਮਿੰਟ ਦੇ ਅੰਤਰਾਲ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਸਪਸ਼ਟ ਹੈ ਕਿ ਸੇਵਾ ਆਮ ਮੰਗ ਕਦੋਂ ਹੋਵੇਗੀ। ਬ੍ਰਾਊਨ ਨੇ ਕਿਹਾ ਕਿ ਮੰਗਲਵਾਰ ਨੂੰ ਸੌਦੇਬਾਜ਼ੀ ਟੇਬਲ 'ਤੇ ਕੋਈ ਚਰਚਾ ਨਹੀਂ ਹੋਈ ਹੈ, ਅਸੀਂ ਦੋਵੇਂ ਧਿਰਾਂ ਅਜੇ ਵੀ ਦੂਰ ਹਾਂ। ਉਹਨਾਂ ਨੇ ਕਿਹਾ ਕਿ ਯੂਨੀਅਨ ਦੀ ਪੇਸ਼ਕਸ਼ ਕੀਤੀ ਗਈ ਅੰਤਰਿਮ ਸੀ ਇਸੇ ਸ਼ਰਤਾਂ ਮਿਸਾਗਾ ਦੇ ਵਿੱਚ CUPE ਮੈਂਬਰਾਂ ਨਾਲ ਉਸ ਸਮਝੌਤੇ ਦੇ ਵਿੱਚ ਸ਼ਾਮਲ ਨੇ। ਗੈਜ਼ੂਲਾ ਨੇ ਦੱਸਿਆ ਕਿ ਇੱਕ ਉੱਚ ਤੁਲਨਾ ਨਹੀਂ ਹੈ ਕਿ ਕੋਈ ਬ੍ਰੈਂਪਟਨ ਵਿੱਚ ਮਿਸਾਗਾ ਨਾਲੋਂ ਕਰੀਬ 1000 CUPE ਕਰਮਚਾਰੀ ਨੇ ਜਿਨ੍ਹਾਂ ਕੋਲ ਵੱਖ ਵੱਖ ਤਰੀਕਿਆਂ ਨਾਲ ਸ਼੍ਰੇਣੀਬੱਧ ਕੰਮ ਕੀਤਾ ਜਾਂਦਾ ਅਤੇ ਨਿਰਪੱਖ ਮੁਲਾਂਕਣ ਨਹੀਂ ਹੈ। ਉਸ ਨੇ ਇਹ ਗੱਲ ਦੱਸੀ ਹੈ ਅਤੇ ਹੁਣ ਵੇਖਣਾ ਹੋਵੇਗਾ ਕਿ ਪੂਰੀ ਤਰ੍ਹਾਂ ਬੱਸ ਸੇਵਾ ਕਦੋਂ ਤੱਕ ਚੱਲੇਗੀ। ਇਸ ਚੀਜ਼ ਦਾ ਇੰਤਜ਼ਾਰ ਹੁਣ ਵੀ ਬ੍ਰੈਂਪਟਨ ਦੇ ਲੋਕਾਂ ਨੂੰ ਰਹੇਗਾ। ਰੇਡੀਓ ਗਵਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼। ਹੋਰ ਖਬਰਾਂ ਵੀ ਇਸੇ ਤਰ੍ਹਾਂ ਚੱਲਣਗੀਆਂ। ਦੇਸ਼ ਦੁਨੀਆਂ ਤਮਾਮ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ।